ਹੈਲੋ ਗਾਈਸ, ਵੈਲਕਮ ਟੂ ਮਾਈ ਨਿਊ ਵਲੌਗ। ਅੱਜ ਦੇ ਵਲੌਗ 'ਚ ਤੁਹਾਡਾ ਸਵਾਗਤ ਹੈ ਦੋਸਤੋ। ਅਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਦਰਬਾਰ ਪੀਰ ਬਾਬਾ ਲਖਦਾਤਾ ਜੀ ਦੇ ਦਰਬਾਰ 'ਤੇ। ਮੇਰੇ ਪਿੰਡ ਤੋਂ 3-4 ਕਿਲੋਮੀਟਰ ਦੀ ਦੂਰੀ 'ਤੇ ਇਹ ਦਰਬਾਰ ਆ, ਅਤੇ ਦਰਬਾਰ ਦੇ ਉੱਤੇ ਜਿਹੜਾ ਆ ਦਰਸ਼ਨ ਕਰਨ ਦੇ ਲਈ ਪਹੁੰਚੇ ਆ। ਦਰਬਾਰ ਦੇ ਜਿਹੜੇ ਦਰਸ਼ਨ ਤੁਹਾਨੂੰ ਕਰਵਾ ਦਿੰਦੇ ਆ। ਬੜੇ ਚਿਰ ਤੋਂ ਜਿਹੜੀ ਇਹ ਦਰਬਾਰ ਦੀ ਅਸੀਂ ਮਹਿਮਾ ਜਿਹੜੀ ਇਹ ਸੁਣਦੇ ਪਏ ਸੀ, ਬੜੇ ਚਿਰ ਤੋਂ ਦਰਬਾਰ ਦੀ ਜਿਹੜੀ ਇਹ ਮਹਿਮਾ ਸੁਣਦੇ ਆਪੇ ਆ ਦਰਬਾਰ ਦੇ ਜਿਹੜੇ ਦਰਸ਼ਨ ਕਰਨ ਦੇ ਲਈ ਪਹੁੰਚ ਗਏ ਹਾਂ। ਦਰਬਾਰ ਦੇ ਦਰਸ਼ਨ ਤੁਹਾਨੂੰ ਜਿਹੜੇ ਆ ਅਸੀਂ ਪੂਰੀ ਤਰ੍ਹਾਂ ਕਰਵਾ ਦਿੰਦੇ ਹਾਂ। ਅਤੇ ਸਾਹਮਣੇ ਤੁਸੀਂ ਦੇਖਦੇ ਪਿਓ ਕਿ ਲਾਲ ਝੰਡਾ ਦਰਬਾਰ ਦੇ ਉੱਤੇ, ਇਹ ਮਾਤਾ ਜੀ ਦਾ ਮੰਦਿਰ ਵੀ ਇੱਥੇ ਮੌਜੂਦ ਆ। ਕਿਉਂ ਮੌਜੂਦ ਆ ਉਹ ਵੀ ਗੱਲਬਾਤ ਕਰਦੇ ਹਾਂ ਨਾਲ ਦੀ ਨਾਲ। ਜਿਹੜਾ ਆ ਤੁਹਾਨੂੰ ਜਿਹੜਾ ਆ ਇੱਥੇ ਪੀਰ ਬਾਬਾ ਲਖਦਾਤਾ ਜੀ ਦੇ ਦਰਬਾਰ ਦੇ ਜਿਹੜੇ ਆ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਆਪਣੇ ਇਸ ਵਲੌਗ ਦੇ ਥਰੂ। ਵਲੌਗ 'ਚ ਤੁਸੀਂ ਬਣੇ ਹੋਏ ਹੋ ਲਗਾਤਾਰ, ਅਤੇ ਵਲੌਗ 'ਚ ਬਣੇ ਰਹੋ। ਇੱਧਰ ਬਹੁਤ ਸਾਰੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਜਿਹੜੀਆਂ ਨੇ ਉਲੀਕੀਆਂ ਹੋਈਆਂ ਨੇ ਬਾਬਾ ਲਖਦਾਤਾ ਜੀ ਦੇ ਦਰਬਾਰ ਦੇ ਉੱਤੇ। ਅਤੇ ਇੱਧਰ ਜਿਹੜਾ ਆ ਇਸ ਤੋਂ ਪਹਿਲਾਂ ਜਿਹੜੇ ਦਰਬਾਰ ਦੇ ਉੱਤੇ ਸੇਵਾਦਾਰ ਸੀ ਗੁਰੂ ਮਹਾਰਾਜ ਬਾਬਾ ਰਾਜੇ ਸ਼ਾਹ ਜੀ, ਉਹਨਾਂ ਦੀ ਤਸਵੀਰ ਲੱਗੀ ਹੋਈ ਹੈ। ਅਤੇ ਬਹੁਤ ਸੋਹਣਾ ਅਤੇ ਖੂਬਸੂਰਤ ਜਿਹੜਾ ਦਰਬਾਰ ਆ ਉਹ ਤੁਸੀਂ ਮੇਰੇ ਨਾਲ ਦੇਖਦੇ ਪਏ ਹੋ। ਬਹੁਤ ਜ਼ਿਆਦਾ ਸ਼ਾਂਤੀ, ਬਹੁਤ ਜ਼ਿਆਦਾ ਸ਼ਾਂਤ ਵਾਤਾਵਰਨ, ਅਤੇ ਬਹੁਤ ਹੀ ਜ਼ਿਆਦਾ ਗਰਮੀ ਬਹੁਤ ਆ, ਪਰ ਇੱਥੇ ਲੱਗਦੀ ਨਹੀਂ ਪਈ ਕਿਉਂਕਿ ਠੰਡੀ ਠੰਡੀ ਥੋੜ੍ਹੀ ਥੋੜ੍ਹੀ ਜਿਹੜੀ ਹੈ ਹਵਾ ਦਰਬਾਰ ਦੇ ਉੱਤੇ ਜਿਹੜੀ ਹੈ ਉਹ ਚੱਲਦੀ ਪਈ ਹੈ। ਪਹਿਲਾਂ ਤਾਂ ਮੈਂ ਜਿਹੜਾ ਆ ਅੰਦਰ ਜਾ ਕੇ ਤੁਹਾਨੂੰ ਜਿਹੜਾ ਆ ਦਰਬਾਰ ਦੇ ਜਿਹੜੇ ਆ ਦਰਸ਼ਨ ਕਰਵਾ ਦਿੰਦਾ ਵਾਂ, ਅਤੇ ਮੇਰੇ ਨਾਲ ਤੁਸੀਂ ਬਣੇ ਰਹੋ ਲਗਾਤਾਰ ਦਰਬਾਰ ਦੇ ਦਰਸ਼ਨਾਂ ਦੇ ਲਈ। ਅਤੇ ਆਓ ਕਰਦੇ ਹਾਂ ਬਾਬਾ ਜੀ ਦੇ ਦਰਸ਼ਨ।
ਇੱਧਰ ਹੀ ਦੋਸਤੋ, ਜਿਵੇਂ ਕਿ ਤੁਹਾਨੂੰ ਦੱਸਿਆ ਕਿ ਇੱਥੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਜਿਹੜਾ ਆ ਉਹ ਧੂਣਾ ਵੀ ਹੈ, ਜਿਹੜਾ ਕਿ ਅਖੰਡ ਧੂਣਾ ਜਿਹੜਾ ਇੱਥੇ ਲੱਗਾ ਪਿਆ ਆ, ਨਾਥਾਂ ਦੁਆਰਾ ਜਿਹੜਾ ਧੂਣਾ ਜਿਹੜਾ ਪ੍ਰਚਲਿਤ ਕੀਤਾ ਗਿਆ ਹੋਇਆ ਆ। ਤੁਹਾਨੂੰ ਦੱਸ ਦਈਏ ਕਿ ਇਹ ਧੂਣਾ ਜਿਹੜਾ ਆ ਨਾਥਾਂ ਦਾ, ਜਿਹੜੇ ਸਭ ਤੋਂ ਪਹਿਲਾਂ, ਕਿਉਂਕਿ ਪਾਕਿਸਤਾਨ ਦੇ ਟਾਈਮ ਦੀ ਇਹ ਜਗ੍ਹਾ ਆ, ਪਾਕਿਸਤਾਨ ਦੇ ਟਾਈਮ ਦਾ ਹੀ ਇਹ ਦਰਬਾਰ ਆ। ਅਤੇ ਤੁਹਾਨੂੰ ਦੱਸ ਦਈਏ ਕਿ ਇਹ ਦਰਬਾਰ 'ਤੇ ਜਿਹੜਾ ਧੂਣਾ ਆ ਇਹ ਨਾਥਾਂ ਨੇ ਪ੍ਰਚਲਿਤ ਕੀਤਾ, ਕਿਉਂਕਿ ਕਿਹਾ ਜਾਂਦਾ ਕਿ ਇੱਥੇ ਜਿਹੜਾ ਆ ਨਾਥਾਂ ਦੁਆਰਾ ਭਗਤੀ ਕੀਤੀ ਗਈ ਸੀ। ਨਾਥ ਜੀ ਇਹ ਦੁਆਰਾ ਜਦੋਂ ਇੱਥੇ ਭਗਤੀ ਕੀਤੀ ਗਈ ਅਤੇ ਉਹਨਾਂ ਨੇ ਜਿਹੜਾ ਆ ਇੱਥੇ ਧੂਣਾ ਵੀ ਸਿੱਧ ਕੀਤਾ ਅਤੇ ਨਾਲ ਦੀ ਨਾਲ ਬਹੁਤ ਸਾਰੀਆਂ ਰਿੱਧੀਆਂ ਸਿੱਧੀਆਂ ਹਾਸਲ ਕੀਤੀਆਂ। ਉਸ ਸਮੇਂ ਜਿਹੜਾ ਆ ਇੱਧਰ ਲੱਖਦਾਤਾ ਜੀ ਨੇ ਜਦੋਂ ਉਹਨਾਂ ਨੂੰ ਦਰਸ਼ਨ ਦਿੱਤੇ ਕਿ ਅਸੀਂ ਵੀ ਇੱਥੇ ਮੌਜੂਦ ਹਾਂ, ਅਤੇ ਬਾਬਾ ਲੱਖਦਾਤਾ ਜੀ ਨੇ ਜਦੋਂ ਉਹਨਾਂ ਨੂੰ ਦਰਸ਼ਨ ਦਿੱਤੇ ਅਤੇ ਦਰਸ਼ਨ ਦੇ ਦਾਰੇ ਜਦੋਂ ਉਹਨਾਂ ਨੂੰ ਹੁੰਦੇ ਆ ਅਤੇ ਉਹਨਾਂ ਨੇ ਇੱਥੇ ਬਾਬਾ ਲੱਖਦਾਤਾ ਦਰਬਾਰ ਵੀ ਜਿਹੜਾ ਆ ਬਣਾ ਦਿੱਤਾ। ਪਹਿਲਾਂ ਬਹੁਤ ਪੁਰਾਣੇ ਸਮੇਂ ਤੋਂ ਜਿਹੜਾ ਆ ਇਹ ਦਰਬਾਰ ਥੋੜ੍ਹਾ ਕੱਚਾ ਪੱਕਾ ਸੀ। ਤੁਹਾਨੂੰ ਮਾਤਾ ਰਾਣੀ ਦਾ ਦਰਬਾਰ ਵੀ ਜਿਹੜਾ ਆ ਇੱਧਰ ਦਿਖਾ ਦਿੰਦੇ ਹਾਂ ਕਿ ਇੱਧਰ ਜਿਹੜਾ ਆ ਮਾਤਾ ਰਾਣੀ ਦਾ ਦਰਬਾਰ ਵੀ ਬਣਿਆ ਹੋਇਆ, ਅਤੇ ਕਰੋ ਮਾਤਾ ਰਾਣੀ ਦੇ ਦਰਬਾਰ ਦੇ ਦਰਸ਼ਨ। ਅਤੇ ਦੋਸਤੋ, ਮਾਤਾ ਰਾਣੀ ਦੇ ਦਰਬਾਰ ਦੇ ਨਾਲ ਹੀ ਸ਼ੰਕਰ ਭਗਵਾਨ ਜੀ ਦੀ ਜਿਹੜੀ ਹੈ ਉਹ ਮੂਰਤੀ ਅਤੇ ਸ਼ਿਵ ਪਿੰਡੀ ਜਿਹਨੂੰ ਆਪਾਂ ਸ਼ਿਵਲਿੰਗ ਵੀ ਕਹਿੰਦੇ ਹਾਂ ਅਤੇ ਉਹਨਾਂ ਦੀ ਵੀ ਇੱਥੇ ਸਥਾਪਨਾ, ਕਿਉਂਕਿ ਨਾਥਾਂ ਨੇ ਜਦੋਂ ਇੱਥੇ ਭਗਤੀ ਕੀਤੀ ਤਾਂ ਉਹਨਾਂ ਨੇ ਇਹ ਦਰਬਾਰ ਜਿਹੜਾ ਆ ਇਸੇ ਤਰੀਕੇ ਦੇ ਨਾਲ ਬਣਾਇਆ। ਨਾਲ ਦੀ ਨਾਲ ਤੁਹਾਨੂੰ ਜਿਹੜਾ ਆ ਇੱਥੇ ਮਹਾਮਾਈ ਦੇ ਦਰਸ਼ਨ ਵੀ ਜਿਹੜੇ ਆ ਹੋ ਜਾਂਦੇ ਆ। ਸ਼ੀਤਲਾ ਮਾਤਾ ਜੀ ਦਾ ਦਰਬਾਰ ਆ ਜਿੱਥੇ ਕਿ ਬਹੁਤ ਸਾਰੀਆਂ ਜਿਹੜੀਆਂ ਕਿਰਪਾਵਾਂ ਜਿਹੜੀਆਂ ਨੇ ਸ਼ੀਤਲਾ ਮਾਤਾ ਜੀ ਦੇ ਦਰਬਾਰ 'ਤੇ ਜਿਹੜੀਆਂ ਨੇ ਹੋ ਜਾਂਦੀਆਂ ਨੇ। ਸ਼ੰਕਰ ਭਗਵਾਨ ਜੀ ਦਾ ਮੰਦਰ ਆ ਜਿਹੜੀ ਇੱਥੇ, ਤੁਹਾਨੂੰ ਦੱਸ ਦਈਏ ਕਿ ਜਿਹੜੀ ਸਮਾਧ ਆ ਉਹ ਵੀ ਬਹੁਤ ਖੂਬਸੂਰਤ ਬਾਹਰਲੀ ਸ਼ਹਿਰ 'ਤੇ ਜਿਹੜੀ ਹੈ। ਬਾਬਾ ਰਾਜਕੁਮਾਰ ਜੀ ਜੋ ਕਿ ਬਾਬਾ ਰਾਜੇ ਜੀ ਜਿਨ੍ਹਾਂ ਦੀ ਦਰਗਾਹ ਆ, ਇੱਧਰ ਤੁਸੀਂ ਦੇਖਦੇ ਪਏ ਹੋ ਤਸਵੀਰ ਮੇਰੇ ਨਾਲ, ਅਤੇ ਇਹ ਸਾਰਾ ਕੁਝ ਜਿਹੜਾ ਆ ਤੁਹਾਨੂੰ ਤਾਂ ਦੱਸਿਆ ਜਾ ਰਿਹਾ ਆ। ਜਿਹੜੀ ਇੱਥੋਂ ਦੀ ਮੇਨ ਖਾਸ ਜਗ੍ਹਾ ਆ, ਕਹਿੰਦੇ ਨੇ ਕਿ ਦਰਬਾਰ ਦੀ ਸ਼ਕਤੀ ਦਾ ਜਿਹੜਾ ਪ੍ਰਮਾਣ ਆ ਉਹ ਤੁਹਾਨੂੰ ਇਸ ਤਰੀਕੇ ਨਾਲ ਮਿਲਦਾ। ਤੁਸੀਂ ਦੇਖਦੇ ਪਏ ਹੋ ਮੇਰੇ ਨਾਲ ਤਸਵੀਰਾਂ ਦੇ ਵਿੱਚ ਕਾਕਿਆਂ ਦੀਆਂ ਫੋਟੋਆਂ ਆ ਜਿਹੜੀਆਂ ਨੇ, ਜਿਹੜੀਆਂ ਬੱਚਿਆਂ ਦੇ ਜਿਹੜੇ ਖਿਡੌਣੇ ਨੇ ਉਹ ਇੱਥੇ ਲਟਕ ਰਹੇ ਨੇ, ਜਿਵੇਂ ਕਿ ਸਣਕਣੇ ਨੇ। ਨਾਲ ਦੀ ਨਾਲ ਜਿਹੜੀਆਂ ਫੋਟੋਆਂ ਨੇ ਜਿਹੜੀਆਂ ਆਪਾਂ ਗੁੱਡੀ ਪਟੋਲੇ ਜਿਹਨੂੰ ਕਹਿੰਦੇ ਹਾਂ, ਜਿਹੜੇ ਲੋਕਾਂ ਨੇ ਟੰਗੇ ਹੋਏ, ਅਤੇ ਗੁੱਡੀ ਪਟੋਲੇ ਟੰਗਣ ਦਾ ਜਿਹੜਾ ਮੁੱਖ ਮਕਸਦ ਆ ਉਹ ਤੁਹਾਨੂੰ ਸਮਝ ਹੁਣ ਤੱਕ ਆ ਹੀ ਸਕਾ ਹੋਵੇਗਾ ਵੀ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ, ਬੱਚੇ ਨਹੀਂ ਹੁੰਦੇ, ਉਹ ਸੁੱਖਣਾ ਸੁੱਕਦੇ ਨੇ। ਅਤੇ ਫਿਰ ਬਾਬਾ ਜੀ ਜਿਹੜਾ ਮੇਲੇ ਤੋਂ ਪਹਿਲਾਂ ਹੀ ਆਪਣੇ ਤੋਂ ਇੱਕ ਮੇਲੇ 'ਤੇ ਲੋਕ ਸੁੱਖ ਜਾਂਦੇ ਨੇ, ਅਤੇ ਦੂਜੇ ਮੇਲੇ 'ਤੇ ਜਿਹੜਾ ਆ ਬਾਬਾ ਜੀ ਦੀ ਜਿਹੜੀ ਕਿਰਪਾ ਹੋ ਜਾਂਦੀ, ਤਾਂ ਲੋਕ ਇੱਥੇ ਪਹੁੰਚ ਕੇ ਬਾਬਾ ਜੀ ਦੇ ਦਰਬਾਰ 'ਤੇ ਸੇਵਾ ਕਰਦੇ ਨੇ। ਬਾਬਾ ਜੀ ਦੇ ਦਰਬਾਰ ਦੇ ਉੱਤੇ ਜਿਹੜਾ ਆ ਉਹ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਇਹ ਸਾਰੀ ਗੱਲਬਾਤ ਕਰ। ਦੋਸਤੋ, ਇਸ ਟਾਈਮ ਜਿਹੜਾ ਆ ਮੈਂ ਆਪਣੇ ਇਸ ਵਲੌਗ ਦੇ ਵਿੱਚ ਜਿਹੜਾ ਤੁਹਾਨੂੰ ਦਰਸ਼ਨ ਨੇ ਉਹ ਕਰਵਾਏ ਨੇ ਬਾਬਾ ਲੱਖਦਾਤਾ ਜੀ ਦੇ ਦਰਬਾਰ ਦੇ। ਬਹੁਤ ਹੀ ਖੂਬਸੂਰਤ ਜਿਹੜਾ ਆ ਦਰਬਾਰ, ਤੁਸੀਂ ਮੇਰੀ ਬੈਕਸਾਈਡ 'ਤੇ ਨਾਲ ਨਾਲ ਤਸਵੀਰਾਂ 'ਚ ਦੇਖਦੇ ਪਏ ਹੋ ਕਿ ਬਾਬਾ ਲੱਖਦਾਤਾ ਜੀ ਦਾ ਇਹ ਦਰਬਾਰ ਜਿਹੜਾ ਆ ਇਹ ਪਿੰਡ ਗੁਰਦਾਸ ਨੰਗਲ ਤੋਂ ਪੂਰਵ ਵੱਲ ਜੱਟਾਂ ਨੂੰ ਜਾਂਦਿਆਂ ਰਸਤੇ ਦੇ ਵਿੱਚ ਜਿਹੜਾ ਆ ਆਉਂਦਾ, ਤਾਂ ਤੁਸੀਂ ਜਦੋਂ ਮਰਜ਼ੀ ਆ ਕੇ ਇੱਥੇ ਦਰਬਾਰ 'ਤੇ ਜਿਹੜੇ ਆ ਦਰਸ਼ਨ ਕਰ ਸਕਦੇ ਹੋ ਅਤੇ ਆਪਣੀਆਂ ਮਨੋਕਾਮਨਾ ਮਾਂ ਜਿਹੜੀਆਂ ਨੇ ਉਹ ਬਾਬਾ ਜੀ ਦੇ ਨਾਲ ਜ਼ਾਹਿਰ ਕਰ ਸਕਦੇ ਹੋ ਅਤੇ ਆਸ਼ੀਰਵਾਦ ਲੈ ਸਕਦੇ ਹੋ। ਸਪੈਸ਼ਲੀ ਜਿਹੜੀ ਚੀਜ਼ ਮੈਂ ਇੱਥੇ ਆ ਕੇ ਨੋਟਿਸ ਕੀਤੀ ਹੈ ਉਹ ਝੰਡੇ ਦੇ ਨਾਲ ਤੁਸੀਂ ਦੇਖਦੇ ਪਏ ਹੋ ਇਸ ਟਾਈਮ ਕਿ ਜਿਹੜਾ ਝੰਡੇ ਦੇ ਨਾਲ ਜਿਹੜੇ ਗੁੱਡੀਆਂ ਪਟੋਲੇ ਨੇ ਉਹ ਇਸ ਚੀਜ਼ ਦਾ ਇੱਥੇ ਸਬੂਤ ਜਿਹੜਾ ਦਿੰਦੇ ਨੇ ਕਿ ਇੱਥੇ ਜਿਹੜਾ ਆ ਬਾਬਾ ਜੀ ਦੀ ਕਿਰਪਾ ਦੇ ਨਾਲ ਜਿਹੜਾ ਆ ਝੋਲੀਆਂ ਭਰੀਆਂ ਜਾਂਦੀਆਂ ਨੇ, ਝੋਲੀਆਂ ਭਰੋ ਜਾਂਦੀਆਂ ਨੇ। ਜੇਕਰ ਤੁਸੀਂ ਆਪਣੀ ਸੱਚੀ ਨੀਅਤ ਦੇ ਨਾਲ ਆਉਂਦੇ ਹੋ, ਤੁਹਾਡੇ ਅੰਦਰ ਦੀ ਆਤਮਾ ਜਿਹੜੀ ਹੈ ਉਹ ਸੱਚੀ ਹੈ,
ਦੂਸਰੀ ਗੱਲ ਦੱਸ ਦਈਏ ਕਿ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਈ ਟੂਣਾ ਟੰਜਰ ਜਾਂ ਜਿਹੜੇ ਇੱਥੇ ਸੇਵਾਦਾਰ ਉਹ ਕੋਈ ਇਸ ਤਰ੍ਹਾਂ ਦਾ ਟੂਣਾ ਟੰਜਰ ਵਗੈਰਾ ਨਹੀਂ ਕਰਦੇ ਵੀ ਜਿਹੜੇ ਤੁਸੀਂ ਕਹੋ ਵੀ ਉੱਥੇ ਜਾ ਕੇ ਪੁੱਛਣਾ ਕਰ ਲਈਏ ਜੇ ਵੋ, ਇੱਦਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ। ਦਰਬਾਰਾਂ ਦੀ ਆਪਣੀ ਸ਼ਕਤੀ ਹੁੰਦੀ ਹੈ, ਦਰਬਾਰ ਆਪਣੀ ਸ਼ਕਤੀਆਂ ਦੇ ਨਾਲ ਹੀ ਜਿਹੜੀਆਂ ਉਹਨਾਂ ਨੇ ਇੱਥੇ ਮਿਹਨਤਾਂ ਕੀਤੀਆਂ ਨੇ, ਅਣਥੱਕ ਜਿਹੜੀ ਉਹਨਾਂ ਨੇ ਭਗਤੀ ਕੀਤੀ ਹੈ, ਜਿਹੜੀਆਂ ਉਹਨਾਂ ਨੇ ਸਿੱਧੀਆਂ ਕੀਤੀਆਂ ਨੇ ਦਰਬਾਰਾਂ ਦੇ ਜਿਹੜੇ ਸਿੱਧ ਜੋਗੀ ਇੱਥੇ ਨੇ ਉਹਨਾਂ ਦੇ ਸ਼ਕਤੀਆਂ ਦੇ ਨਾਲ ਹੀ ਤੁਹਾਡੀਆਂ ਜਿਹੜੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਇਸ ਕਰਕੇ ਬੇਝਿਜਕਾ ਕੇ ਦਰਸ਼ਨ ਕਰੋ, ਨਤਮਸਤਕ ਹੋਵੋ ਅਤੇ ਆਪਣੀਆਂ ਜਿਹੜੀਆਂ ਮਨੋਕਾਮਨਾ ਨੇ, ਜਿੰਨੀਆਂ ਵੀ ਤੁਹਾਡੀਆਂ ਮਨੋਕਾਮਨਾ ਨੇ ਉਹ ਇੱਥੇ ਪੂਰੀਆਂ ਜ਼ਰੂਰ ਹੋ ਜਾਂਦੀਆਂ ਨੇ। ਇਸ ਟਾਈਮ ਜਿਹੜਾ ਮੈਂ ਤੁਹਾਨੂੰ ਜਿਹੜੇ ਦਰਸ਼ਨ ਕਰਵਾ ਦਿੱਤੇ ਨੇ, ਖਾਸ ਕਰਕੇ ਲੱਖਦਾਤਾ ਜੀ ਦੇ ਦਰਬਾਰ ਦੇ ਉੱਤੇ ਆਪਾਂ ਪਹੁੰਚ ਕੇ ਜਿਹੜੇ ਆ ਤੁਹਾਨੂੰ ਪੂਰੀ ਤਰੀਕੇ ਦੇ ਨਾਲ ਜਿਹੜੇ ਆ ਦਰਸ਼ਨ ਕਰਵਾ ਦਿੱਤੇ ਨੇ। ਅਤੇ ਬਣੇ ਰਹੋ ਇਸੇ ਤਰ੍ਹਾਂ ਸਾਡੇ ਇਸ ਵਲੋਗ ਦੇ ਉੱਤੇ ਵੀ। ਜੇਕਰ ਤੁਸੀਂ ਸਾਡੇ ਹੋਰ ਵਲੋਗ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਵੋ ਤਾਂ ਕਿ ਆਉਣ ਵਾਲੇ ਸਮੇਂ 'ਚ ਤੁਹਾਨੂੰ ਜਿਹੜੇ ਆ ਵੱਖ ਵੱਖ ਵਲੋਗ ਜਿਹੜੇ ਆ ਇਸੇ ਤਰ੍ਹਾਂ ਦਰਬਾਰਾਂ ਦੇ ਜਿਹੜੇ ਆ ਮਿਲਦੇ ਰਹਿਣ। ਮਿਹਰਬਾਨੀ, ਥੈਂਕ ਯੂ, ਮਿਲਦੇ ਹਾਂ ਕਿਸੇ ਅਗਲੇ ਵਲੋਗ 'ਚ।